ਰਾਮ ਰਾਮ ਜੀ ਸਾਰਿਆਂ ਕੋ ਸਵੇਰੇ ਸਵੇਰੇ ਮੈਨੂੰ ਕੋ ਉਠੀਂਦੀ ਪਈ ਆ। ਤੇਰੇ ਕੋ ਉਠਾਉਣਾ ਨਾ ਸੱਚੀ ਬੜਾ ਔਖਾ ਹੋ ਪੈਂਦਾ। ਕਦੇ ਕਦੇ ਹੁੰਦਾ, ਕਦੇ ਕਦੇ ਤਾਂ ਇੱਕ ਵਾਜੇ ਚ ਉਠੀ ਪੈਂਦਾ, ਕਿਉਂਕਿ 4-5 ਛੁੱਟੀਆਂ ਆ ਗਈਆਂ ਨਾ, ਤੇ ਕੋ ਲੇਟ ਉੱਠਣ ਦੀ ਆਦਤ ਪੈ ਗਈ ਹੈ। ਤੇ ਇਹਨੂੰ ਉਠੀਂਦੀ ਪਈ ਆ। ਇਹਨੇ ਪਾਪਾ ਉੱਠ ਗਏ ਤੇ ਆਪੇ ਉਹਨਾਂ ਦੀ ਡਿਊਟੀ ਹੈ, ਹੁਣ ਉਹ ਉੱਠੇ ਸਨ। ਮੈਂ ਫਟਾਫਟ ਆ ਗਈ ਆ ਕੱਪੜੇ ਸਮੇਟਣ ਵਾਸਤੇ, ਜਿਹੜੇ ਕਿ ਮੈਂ ਧੋ ਕੇ ਰੱਖੇ ਹਨ। ਕੱਲ ਦੇ ਸੁੱਕੇ ਕਹਿਣੀ ਇਹ ਮੀਂਹ ਦੀ ਵਜ੍ਹਾ ਤੋਂ ਨਾ ਕੱਪੜੇ ਟਾਈਮ ਤੋਂ ਸੁੱਕਦੇ ਹੀ ਨਹੀਂ, ਇੱਕੋ ਇੱਥੇ ਉੱਥੇ ਘੁਮਾਉਣਾ ਹੀ ਪਾਉਂਦਾ ਹੈ। ਫਿਰ ਮੈਂ ਮੈਨੂੰ ਵਾਸਤੇ ਬਣਾਉਣ ਲੱਗੀ ਹਾਂ ਰੋਟੀ, ਕਿਉਂਕਿ ਅੱਜ ਉਹਦੇ ਨਾ ਮੂੰਹੇ ਛਾਲੇ ਥਏ ਪੈਣ। ਤਾਂ ਮੇਰੇ ਕੋ ਕਹਿੰਦਾ ਮੰਮੀ ਨਮਕ ਵਾਲਾ ਪਰਾਠਾ ਬਣਾ ਦਿਓ। ਫਿਰ ਮੈਂ ਪਿਆਜ਼ ਵਾਲਾ ਪਰਾਠਾ ਬਣਾ ਦਿੱਤਾ, ਦਹੀਂ ਨਾਲ ਦੇ ਦਿੱਤਾ, ਤੇ ਨਾਲ ਮੈਂ ਉਹਦੇ ਵਾਸਤੇ ਬਣਾਇਆ ਹੈ ਦੁੱਧ ਚ ਪਾ ਦਿੱਤੀ ਹੈ ਮੁਸਲੀ। ਇਹ ਮੇਰੇ ਕੋ ਕਿਸੇ ਨੇ ਦੱਸਿਆ ਕਿ ਇਹ ਡਾਇਟ ਹੁੰਦਾ ਹੈ, ਬੱਚਿਆਂ ਵਾਸਤੇ ਠੀਕ ਹੁੰਦਾ, ਹੈਲਦੀ ਵੀ ਹੁੰਦਾ ਤੇ ਤਾਕਤ ਵਾਲਾ ਹੀ ਹੁੰਦਾ। ਮੈਂ ਕਿਹਾ ਚੱਲ ਇਹ ਖਵਾ ਦੇਣੀ ਆ ਇਹਦੇ ਵਾਸਤੇ, ਰੋਜ਼ ਸਵੇਰੇ ਆਈਓ ਦੇ ਦੇ ਸਾਂ, ਕਿਉਂਕਿ ਹੋਰ ਕੁਛ ਤਾਂ ਜਾਂ ਤਾਂ ਸੁੱਕਾ ਦੁੱਧ ਪੀ ਕੇ ਵੈਂਦਾ, ਮਤਲਬ ਖਾਲੀ ਦੁੱਧ ਪੀ ਕੇ ਵੈਂਦਾ, ਜਾਂ ਫਿਰ ਕੁਛ ਖਾ ਕੇ ਹੀ ਨਹੀਂ ਵੈਂਦਾ। ਫਿਰ ਕੁਛ ਨਾ ਕੁਛ ਤਾਂ ਖਾ ਕੇ ਵੰਜੇ ਨਾ, ਬੱਚਾ ਖੇਡਣ ਵਾਲਾ ਹੋਇਆ, ਪੜ੍ਹਨ ਵਾਲਾ ਹੋਇਆ, ਤਾਕਤ ਤਾਂ ਆਉਣੀ ਚਾਹੀਦੀ ਹੈ। ਇਹਦਾ ਟਾਈਮ ਥੀ ਗਿਆ, ਤੇ ਇਹਨੇ ਫਟਾਫਟ ਦੁੱਧ ਮੁਕਾਇਆ ਤੇ ਆਪਣਾ ਲਗਾ ਗਿਆ, ਕਿਉਂਕਿ ਨਾ ਫਿਰ ਬੱਸ ਲੱਗੀ ਵੈਂਦੀ ਹੈ ਨਾ, ਫਿਰ ਇਹ ਕੁਛ ਛੋੜਨਾ ਜਾਵਣਾ ਬਹੁਤ ਔਖਾ ਹੈ, ਅੱਧਾ ਪੌਣਾ ਘੰਟਾ ਲੱਗਦਾ ਹੈ ਕੁਛ ਛੋੜਨ ਜਾਵਣ 'ਚ। ਤੇ ਫਿਰ ਮੈਂ ਆ ਗਈ ਹਾਂ ਨਹਾ ਕੇ ਚਾਹ ਬਣਾਉਣ ਵਾਸਤੇ, ਕਿਉਂਕਿ ਇਹ ਮੇਰਾ ਇੰਤਜ਼ਾਰ ਕਰਦੇ ਪਏ। ਪਹਿਲੇ ਮੇਰੇ ਕੋਲ ਵੀਡੀਓ ਅਪਲੋਡ ਕਰਨੀ ਹੁੰਦੀ, ਉਸ ਤੋਂ ਬਾਅਦ ਮੇਰਾ ਹਵਰ ਵੱਢਦੀ ਆ, ਕਿਉਂਕਿ ਪਹਿਲੇ ਮੇਰਾ ਕੰਮ ਹੈ 7 ਵਜੇ ਵਲੋਗ ਅਪਲੋਡ ਕਰਨਾ, ਤਾਂ ਕਿ ਤੁਸੀਂ ਮੇਰਾ ਵਲੋਗ ਦਾ ਇੰਤਜ਼ਾਰ ਕਰਦੇ ਪਏ ਹੋ। ਸੋ ਤੇ ਫਿਰ ਮੈਂ ਰਸੋਈ ਦੇ ਕੰਮ ਲੱਗ ਗਈ ਆ, ਜਿਹੜੇ ਕਿ ਐਜ਼ ਯੂਜ਼ੁਅਲ ਮੇਰੇ ਕੋ ਡੇਲੀ ਦੇ ਕਰਨੇ ਪਾਉਂਦੇ ਹਨ। ਆਟਾ ਮਲਣਾ, ਸਫਾਈ ਕਰਨੀ, ਚਾਚੂ ਬਣਾਉਣੀ, ਫਿਰ ਰੋਟੀ ਨਾਸ਼ਤਾ ਬਣਾਉਣਾ, ਬੜੇ ਸਾਰੇ ਕੰਮ ਇਕੱਠੇ ਥੀ ਵੇਂਦੇ। ਤੇ ਮੈਂ ਨਾ ਪੇਕੇ ਜਾ ਕੇ ਨਾ ਤਾਈ ਵਾਸਤੇ ਥੋੜਾ ਥੋੜਾ ਵਰਜਾਈ ਨਾਲ ਕੰਮ ਕਰਵਾ ਲੈਣੀ ਆ, ਤਾਂ ਕਿ ਮੇਰੇ ਕੋ ਆਉਣ ਤੋਂ ਬਾਅਦ ਨਾ ਸੌਖਾ ਥੀ ਵੰਜੇ, ਕਿਉਂਕਿ ਅਗਰ ਮੈਂ 4 ਦਿਨ ਆਰਾਮ ਕਰਕੇ ਆਸਾਂ ਨਾ, ਵਰਜਾਈ ਤਾਂ ਕਰਨ ਹੀ ਦਿੰਦੀ ਕੰਮ, ਪਰ ਮੈਂ ਧੱਕੇ ਨਾਲ ਕਰ ਲੈਣੀ ਆ, ਕਿਉਂਕਿ ਆਰਾਮ ਕਰਕੇ ਆਓ ਨਾ ਤੇ ਫਿਰ ਕੰਮ ਕਰਨਾ ਬਹੁਤ ਜ਼ਿਆਦਾ ਔਖਾ ਲੱਗਦਾ, ਫਿਰ ਤਾਂ ਇਵੇਂ ਲੱਗਦਾ ਮੌਤ ਆਉਂਦੀ ਹੋਵੇ ਜਿਵੇਂ ਕੰਮ ਕਰਨ 'ਚ। ਤਾਈ ਵਾਸਤੇ ਮੈਂ ਨਾ ਥੋੜ੍ਹਾ ਥੋੜ੍ਹਾ ਕਰਵੇਂਦੀ ਰਹਿੰਦੀ ਹਾਂ, ਤਾਂ ਕਿ ਮੇਰੀ ਆਦਤ ਬਣੀ ਰਹੇ, ਵਿਗੜੇ ਨਾ, ਘਰ ਆ ਕੇ ਤਾਂ ਮੇਰੇ ਕੋ ਪਤਾ ਹੀ ਕਰਨੇ ਹੀ ਕਰਨੇ ਲੱਗ ਗਿਆ। 24 ਘੰਟੇ ਥੋੜੇ ਥੋੜੇ ਮਿੰਟੇ ਚ ਨਾ ਇਹ ਪਤਾ ਨਹੀਂ ਭਾਂਡੇ ਕੇ ਬਾਲ ਜੰਮਦੇ ਰਹਿੰਦੇ ਨੇ, ਕਿਆ ਦਿੰਦੇ ਰਹਿੰਦਾ। ਇਹ ਮੈਂ ਜੇਲੇ ਵੇਨੀ, ਅਸੀਂ ਖਾਲੀ ਕਰਕੇ ਵੇਨੀ ਆ, ਫਿਰ ਥੋੜੀ ਦੇਰ ਬਾਅਦ ਆਨੀਆ ਰਸੋਈ ਤੇ ਭਾਂਡੇ ਫਿਰ ਤਲੇ ਆਏ ਪਏ ਹੁੰਦੇ ਨਹਾਉਣ ਧੋਣ ਵਾਸਤੇ। ਫਿਰ 12:30 ਵੱਜ ਗਈ ਹੈ, ਮੈਂ ਥੀ ਗਈ ਹਾਂ ਵਿਹਲੀ। ਅੱਜ ਮੈਂ ਕੱਪੜੇ ਕੁੱਪੜੇ ਤਾਂ ਧੋਤੇ ਕਹਿੰਦੀ, ਫਿਰ ਮੈਂ ਫਟਾਫਟ ਆਪਣੇ ਯੂਟਿਊਬ ਚੈਨਲ ਵਾਸਤੇ ਵੀਡੀਓ ਬਣਾਉਣ ਲੱਗੀ ਹਾਂ, ਕਿਉਂਕਿ 4-5 ਦਿਨ ਮੈਂ ਪੇਕੀ ਗਈ ਹੋਈ ਨਾ, ਉੱਥੇ ਬਣੀ ਕਹਿੰਦੀ ਵੀਡੀਓ ਮੇਰੇ ਯੂਟਿਊਬ ਵਾਸਤੇ। ਬਾਕੀ ਵਲੋਗ ਵਗੈਰਾ ਤਾਂ ਮੈਂ ਬਣਾਉਂਦੀ ਰਹਿੰਦੀ ਹਾਂ, ਅਤੇ ਨਾਲ ਦੀ ਨਾਲ ਫਟਾਫਟ ਵੀਡੀਓ ਬਣਾਈਏ। ਮੈਂ ਐਡਿਟ ਵੀ ਕਰਕੇ ਰੱਖ ਦਿੱਤੀ ਹੈ ਅਤੇ ਮੈਂ ਫਟਾਫਟ ਕਰਨ ਲੱਗੀ ਹਾਂ ਕੱਪੜੇ ਪ੍ਰੈਸ ਕਰਨ ਵਾਸਤੇ। ਹੁਣ ਮੈਂ ਕਾਮੇਡੀ ਵੀਡੀਓ ਵੀ ਬਣਾਉਣੀ ਹੈ, ਜਿਹੜੀ ਕਿ ਤੁਸੀਂ ਮੇਰੀ ਵੀਡੀਓ ਵੇਖਦੇ ਹੋ। ਅਤੇ ਨਾ ਕਈ ਲੋਕ ਪਤਾ ਕਿ ਆ ਦਿਨ ਤੁਸੀਂ ਨਾ ਮਤਲਬ ਕਾਮੇਡੀ ਵਗੈਰਾ ਨਹੀਂ ਆ, ਤਾਂ ਲੋਕ ਕਹਿੰਦੇ ਨੇ ਇਹੋ ਜਿਹੀ ਕਿ ਇਹੋ ਜਿਹੀ ਵੀਡੀਓ ਬਣਾ ਦਿੱਤੀ ਹੈ। ਹੁਣ ਕਾਮੇਡੀ 'ਚ ਕਈ ਵਾਰ ਪਤਾ ਨਹੀਂ ਕਿਸ ਕਿਸ ਤਰ੍ਹਾਂ ਦਾ ਮਜ਼ਾਕ ਚੱਲ ਪਾਉਂਦਾ, ਲੋਕਾਂ ਕੋ ਪਸੰਦ ਨਹੀਂ ਆਉਂਦਾ, ਲੋਕ ਕਈਆਂ ਕੋ ਤਾਂ ਸਮਝ ਆ ਪੈਂਦਾ, ਕਈਆਂ ਕੋ ਸਮਝ ਨਹੀਂ ਆਉਂਦਾ ਨਾ, ਉਹ ਉਲਟੇ ਸਿੱਧੇ ਕਮੈਂਟ ਕਰਦੇ। ਤੇ ਕਈ ਜਲੇ ਮੈਂ ਕੋਈ ਢੰਗ ਦੀ ਵੀਡੀਓ ਬਣਾਉਣੀ ਆ, ਕੋਈ ਮੈਸੇਜ ਦੇਣ ਵਾਲੀ, ਤਾਂ ਲੋਕ ਕਹਿੰਦੇ ਤੁਹਾਡੇ ਤੇ ਜਚਦੀ ਗਏ ਨੇ, ਤੁਸੀਂ ਕਾਮੇਡੀ ਵਾਲੀ ਵੀਡੀਓ ਬਣਾਓ। ਮੇਰੇ ਕੋ ਤਾਂ ਸਮਝ ਨਹੀਂ ਆਉਂਦਾ ਮੈਂ ਕਿਵੇਂ ਬਣਾਵਾਂ, ਮਤਲਬ ਲੋਕ ਕਿਆ ਚਾਹੁੰਦੇ ਨੇ। ਫਿਰ ਮੈਂ ਸੋਚਣੀ ਆ ਛੋੜੋ, ਪਰ ਹਰ ਕਿਸੇ ਦੇ ਆਪਣੀ ਆਪਣੀ ਸੋਚ ਹੈ। ਤੇ ਮੈਨੂੰ ਤੇ ਆਉਣ ਦਾ ਟਾਈਮ ਵੀ ਥੀਆ ਪਿਆ, ਤੇ ਇਹ ਵੀ ਆ ਗਏ, ਤੇ ਆਉਂਦਾ ਤੇ ਥੱਕਾ ਟੁੱਟਾ ਹੋਇਆ ਆਉਂਦਾ, ਆਉਂਦੇ ਨਾਲੇ ਕੋਈ ਬਹੁ ਭੁੱਖ ਲੱਗਦੀ ਹੈ। ਤੇ ਕੱਲ ਸੇਵੀਆਂ ਬਣਾਈਆਂ ਨਾ ਰਾਤੀ, ਤੇ ਇਹਦੇ ਵਾਸਤੇ ਮੈਂ ਰੱਖ ਦਿੱਤੀਆਂ ਨੇ, ਆਖ ਕੇ ਸੁੱਤਾ ਹੀ ਕਿ ਨਾ ਮੇਰੇ ਕੋ ਸਵੇਰੇ ਮੈਂ ਸਕੂਲ ਵਾਸਤੇ ਨਾ, ਤਾਂ ਖਾਸਾ ਮੇਰੇ ਵਾਸਤੇ ਰੱਖ ਦੇਣਾ। ਇਹ ਵੀ ਆ ਗਏ, ਮੈਂ ਫਟਾਫਟ ਰੋਟੀ ਬਣਾਉਣ ਲੱਗੀ ਹਾਂ, ਕਿਉਂਕਿ ਅਸੀਂ ਫਿਰ ਨਾ ਇਕੱਠੇ ਬਹਿ ਕੇ ਖਾ ਲਏ ਸੂ। ਪਾਪਾ ਜੀ ਹਾਲੇ ਆਏ ਗਏ ਨੇ, ਪਾਪਾ ਜੀ ਆਸੇ ਨਾ ਫਿਰ ਤਾਜ਼ੀ ਬਣਾ ਦੇ ਸੂ, ਬਣਾ ਕੇ ਰੱਖਾ ਨਾ, ਫਿਰ ਪਾਪਾ ਜੀ ਕਹਿੰਦੇ ਮੇਰੇ ਕੋਲ ਅੱਖ ਚਬਾਈ ਨਹੀਂ ਵੈਂਦੀ, ਮੇਰੇ ਵਾਸਤੇ ਤਾਜ਼ੀ ਬਣਾਇਆ ਕਰੋ। ਤੇ ਹਾਲੇ ਪਾਪਾ ਜੀ ਕੋਲ ਟਾਈਮ ਹੈ, ਤੇ ਅੱਜ ਜਲਦੀ ਆ ਗਏ, ਕਿਉਂਕਿ ਮੌਸਮ ਬਹੁਤ ਜ਼ਿਆਦਾ ਖਰਾਬ ਥੀ ਪਿਆ, ਇਕੱਲੇ ਮੀਂਹ ਆਵੈਂਦਾ, ਇਕੱਲੇ ਧੁੱਪ ਨਿਕਲ ਆਉਂਦੀ। ਤੇ ਫਟਾਫਟ ਆ ਗਏ, ਮੈਂ ਕਿਹਾ ਚਲੋ ਆ ਗਏ ਤਾਂ ਹੁਣ ਇਕੱਠੇ ਬਹਿ ਕੇ ਖਾ ਲਏ ਸੂ, ਨਹੀਂ ਤਾਂ ਕਈ ਵਾਰ ਕਿਆ ਹੁੰਦਾ ਕਿ ਮੈਂ ਇਹਨਾਂ ਕੋ ਬਣਾ ਬਣਾ ਕੇ ਦੇਣੀ ਰਹਿੰਦੀ, ਇਹ ਗਰਮ ਗਰਮ ਖਾ ਲੈਂਦੇ ਨੇ, ਤੇ ਮੈਂ ਬਾਅਦ 'ਚ ਖਾਂਦੀ ਹਾਂ।
ਬਾਅਦ ਚ ਖਾਣੀ ਨਾ ਇਕੱਲੇ ਖਾਣ ਦਾ ਮਨ ਨਹੀਂ ਕਰਦਾ, ਬਸ ਧੱਕੇ ਨਾਲ ਖਾਣੀ ਆ, ਨਾਲ ਬਹਿ ਕੇ ਖਾਓ ਗੱਪਾਂ ਮਰਿੰਦੇ ਨਾਲ ਦਿਖਾਉਂਦੇ ਨਾ ਉਹਨਾਂ, ਤਾਂ ਮੇਰੇ ਕੋਲ ਚੰਗਾ ਵੀ ਲੱਗਦਾ। ਤੇ ਹਾਲੇ ਮੇਰੀ ਸੁਮਨ ਰਾਣੀ ਵੀ ਕਹਿੰਦੀ ਆਈ, ਮੈਂ ਕੋਈ ਫੋਨ ਕੀਤਾ ਸੀ ਤੇ ਉਹ ਕਹਿੰਦੀ ਮੈਂ 4 ਵਜੇ ਆਸਾਂ, ਅੱਜ ਮੈਂ ਬਹੁਤ ਜ਼ਿਆਦਾ ਲੇਟ ਆ, ਲੋਕ ਦੇ ਗੱਡੇ ਸਾਰੇ ਕੰਮ ਇਕੱਠੇ ਥਾਏ ਪਏ। ਭਈਆ ਕਹਿੰਦੇ ਥਾਲੀ ਲੈ ਕੇ ਆ ਨਾ, ਆਰ ਲੈ ਕੇ ਆ, ਮੈਂ ਕਿਹਾ ਸੁਹਾਗਤ ਨਾ ਥਾਲੀ ਲੈ ਕੇ ਆਓ, ਲੇਟ ਆਈ ਹੈ। ਤੋ ਲੈ ਕੇ ਆਣਾ ਪੜਤਾ ਤੇਰੇ ਲਈ, ਤੂੰ ਐਸੇ ਆਤੀ ਹੈ ਜੈਸੇ। ਹਾਂ ਬੜਾ ਮੇਰਾ ਅਭੀ ਪਿੰਕੀ, ਮੇਰੀ ਆਵਾਜ਼ ਹੋਣੀ ਚਾਹੀਏ, ਪਿੰਕੀ ਭਾਵੇ ਕੇ ਪੋਚੇ ਪੜੇ ਆ ਅਭੀ। ਮੇਰਾ ਵੀ ਪੋਚਾ ਛਾੜੂ ਪੜਿਆ ਸਾਰਾ। ਹਾਂ ਪਰ ਉਹੀ ਪਿੰਕੀ ਕਾਫੀ ਦੇ ਪੜਾਈ ਹੈ, ਮਤ ਸੋਚੋ ਮੇਰੇ ਮੇਰਾ ਲੇਟ ਆ ਵੀ ਮੇਰਾ ਚਾਰ ਘਰ ਹੋ ਕਰਨੇ ਹੈ। ਤੂੰ ਕਰਕੇ ਕਿਤਨੇ ਆਈ ਹੈ, ਤੂੰ ਸਵੇਰ ਸੇ ਆਈ ਹੋਈ ਹੈ, ਕਰਕੇ ਕੀ ਆਈ ਹੈ ਫਿਰ, ਚਾਰ ਘਰ ਪੜਿਆ ਤੋ। ਕੱਲ ਸਭ ਕਾ ਗੈਸਟ ਆ ਰਹੇ ਥੇ। ਅੱਛਾ। ਸਭ ਕਾ ਗੈਸਟ ਆ ਰਹੇ ਥੇ, ਉਹ ਬਰਤਨ ਮੇਰੇ ਲਈ ਰੱਖੇ ਥੇ। ਕਿਸੇ ਕੇ ਨਹੀਂ ਆ, ਮੇਰੇ ਕੋ ਪੁੱਛ ਕੇ ਦੇਖੋ ਮੇਰਾ ਕਿਤਨਾ ਸਿਰ ਮੈਂ ਦਰਦ ਹੋ ਰਹਾ ਹੈ, ਟੈਨਸ਼ਨ ਲੈ ਲੈ ਕੇ। ਤੂੰ ਛੁੱਟੀ ਲੈਤੀ ਹੈ ਨਾ, ਤੂੰ ਅਗਲੇ ਦਿਨ ਬੜਾ ਵੋ ਹੋ ਜਾ, ਮਤ ਲਿਆ ਕਰ ਛੁੱਟੀ, ਕਈ ਕੋਨੇ ਮੇ ਬੈਠ ਕੇ ਰੋਣਾ। ਰੋਲੇ ਇਹ ਵਿਚਾਰੀ ਵੀ ਬੜੀ ਪਰੇਸ਼ਾਨ ਹੈ, ਜਿਲੇ ਵੀ ਛੁੱਟੀ ਲੈਂਦੀ ਹੈ ਨਾ, ਇੱਕ ਦਿਨ ਕੱਲ ਰੱਖੜੀ ਆਈ ਤੇ ਅੱਜ ਇਹਨੂੰ ਨਾ ਹਰ ਘਰ 'ਚ ਡਬਲ ਕੰਮ ਕਰਕੇ ਆਉਣਾ ਪਵੇ, ਖਾਸ ਤੌਰ ਤੇ ਭਾਂਡਿਆਂ ਦਾ, ਲੋਕਾਂ ਦੇ ਘਰ ਗੈਸਟ ਆਏ, ਕੋਈ ਕਿਸੇ ਦੇ ਘਰ ਗਿਆ ਤੇ ਫਿਰ ਛੁੱਟੀ ਵਾਲੇ ਦਿਨ ਵੀ ਦੇ ਭਾਂਡੇ ਹੋ ਗਏ, ਅੱਜ ਦੇ ਭਾਂਡੇ ਹੋ ਗਏ, ਤਾਂ ਨਾ ਇੱਕ ਡਬਲ ਭਾਂਡੇ ਮਲਨੇ ਪਾਉਂਦੇ ਨੇ। ਇਹ ਕਹਿੰਦੀ ਵੀ ਮੈਂ ਥੱਕ ਗਈ ਹਾਂ, ਅੱਜ ਤਾਂ ਭਾਂਡੇ ਮਲ ਮਲ ਕੇ, ਪਤਾ ਨਹੀਂ ਲੋਕ ਕਿਵੇਂ ਰੱਖ ਦਿੰਦੇ ਨੇ ਜੂਠੇ ਭਾਂਡੇ, ਮਤਲਬ ਸਾਡੇ ਘਰ ਤਾਂ ਸੱਚੀ ਮੈਂ ਤਾਂ ਬਿਲਕੁਲ ਵੀ ਨਹੀਂ ਛੋੜ ਸਕਦੀ, ਮੇਰੇ ਕੋਲ ਤਾਂ ਅੱਧਾ ਘੰਟਾ ਵੀ ਸਿੰਕ ਭਰੀ ਬਣ ਜਾਏ ਨਾ, 2-4 ਭਾਂਡੇ ਪਏ ਹੋਏ, ਮੇਰੇ ਕੋਲ ਬੇਚੈਨੀ ਲੱਗੀ ਰਹਿੰਦੀ ਹੈ, ਮੇਰੇ ਕੋਲ ਇਵੇਂ ਲੱਗਦਾ ਕਿ ਬਸ ਇੱਕੋ ਮਲ ਕੇ ਨਾ ਖਾਲੀ ਕਰਾਂ ਸਿੰਕ, ਮੇਰੇ ਕੋਲ ਤਾਂ ਇਵੇਂ ਰਹਿਆ ਨਹੀਂ ਵੈਂਦਾ, ਪਤਾ ਨਹੀਂ ਲੋਕ ਕਿਵੇਂ ਰੱਖ ਦਿੰਦੇ ਨੇ। ਤੇ ਹੁਣ ਠੀਕ ਹੈ, ਸ਼ਾਮ ਤੇ ਮੈਂ ਆ ਗਈ ਹਾਂ ਮੰਨੂ ਵਾਸਤੇ ਦੁੱਧ ਬਣਾਉਣ ਵਾਸਤੇ, ਤੇ ਮੰਨੂ ਨੇ ਮੇਰੇ ਕੋਲ ਫਰਮਾਇਸ਼ ਕੀਤੀ ਕਿ ਮੰਮੀ ਬਦਾਮ ਸ਼ੇਕ ਬਣਾ ਦਿਉ, ਤਾਂ ਮੈਂ ਬਦਾਮ ਕਾਜੂ ਪੀਸ ਕੇ ਬਣਾ ਦੇਣੀ ਆ, ਪਰ ਇਹ ਪਾਊਡਰ ਵਾਲਾ ਦੁੱਧ ਵੀ ਨਾ ਬਹੁਤ ਟੇਸਟੀ ਬਣਦਾ, ਤੇ ਆ ਜਾ ਉਹਦੀ ਫਰਮਾਇਸ਼ ਹੈ ਕਿ ਮੇਰੇ ਵਾਸਤੇ ਇਹ ਬਣਾਓ, ਤੇ ਇਹ ਆਸਾ ਲੈ ਕੇ ਆਇਆ ਸੀ, ਪਿੱਕ ਗਈਆਂ ਉਹਨਾਂ ਦਾ ਮੋਲ ਗਿਆ ਸੀ, ਤਾਂ ਉੱਥੋਂ ਢੇਰ ਸਾਰੇ ਪਾਊਚ ਆ ਕੇ ਲਏ ਸੀ, ਸਸਤੇ ਵੀ ਪੈ ਗਏ ਤੇ ਸਵਾਦ ਵੀ ਬਣਦਾ, ਤੇ ਕਾਫੀ ਨਾ ਸੌਖਾ ਵੀ ਇਹ ਬਣਾਉਣਾ, ਫਟਾਫਟ ਬਣ ਵੈਂਦਾ ਤੇ ਵੇਸਟ ਵੀ ਨਹੀਂ ਹੁੰਦਾ, ਕਿਉਂਕਿ ਇੱਕ ਪੈਕੇਟ 'ਚ ਇੱਕ ਗਿਲਾਸ ਆਰਾਮ ਨਾਲ ਬਣ ਵੈਂਦਾ। ਤੇ ਫਿਰ ਮੈਂ ਨਾਲ ਦੀ ਨਾਲ ਦਾਲ ਹੀ ਰੱਖੀ ਹੈ, ਮੈਂ ਕਿਹਾ ਫਿਰ ਮੈਂ ਬੈਠ ਕੇ ਵੀਡੀਓ ਐਡਿਟ ਕਰੇ ਸਾਂ, ਤੇ ਫਟਾਫਟ ਦਾਲ ਦੁਲ ਬਣਾ ਕੇ ਆਪਣਾ ਵਿਹਲੀ ਥੀ ਵੰਚਾ, ਕਿਉਂਕਿ ਕੰਮ ਢੇ ਸਾਰੇ ਇਕੱਠੇ ਥੋਏ ਪਏ, ਮੈਂ ਕਾਮੇਡੀ ਵੀਡੀਓ ਬਣਾਈ ਹੈ, ਉਹ ਵੀ ਐਡਿਟ ਕਰਨੀ ਹੈ, ਵਲੋਗ ਵੀ ਐਡਿਟ ਕਰਨਾ, ਤੇ ਢੇ ਸਾਰੇ ਕੰਮ ਮੇਰੇ ਸਿਰ 'ਤੇ ਨਾ ਨੱਚਦੇ ਹੀ ਰਹਿੰਦੇ ਨੇ, ਬਸ ਪੁੱਛੋ ਨਾ, ਮੇਰਾ ਤਾਂ ਬੁਰਾ ਹਾਲ ਥੀ ਵੈਂਦਾ, ਕਦੇ ਕਦੇ ਤਾਂ ਮੈਂ ਬਹੁਤ ਜ਼ਿਆਦਾ ਥੱਕ ਵੈਂਦੀ ਹਾਂ, ਅਤੇ ਕਦੇ ਕਦੇ ਮੈਂ ਫਿਰ ਸੋਚਿੰਦੀ ਹਾਂ ਕਿ ਕੰਮ ਕਰਨਾ ਤਾਂ ਜ਼ਰੂਰੀ ਹੈ, ਨੌਕਰੀ ਤੋਂ ਸੌਖਾ ਹੈ, ਘਰ ਬੈਠੇ ਬੈਠੇ ਕੰਮ ਥੀਂਦਾ ਪਿਆ ਤਾਂ ਕਰ ਹੀ ਲੈਂਦੀ ਹਾਂ। ਚਲੋ ਜੀ, ਹੁਣ ਮੈਂ ਦਾਲ ਕੋ ਫਟਾਫਟ ਤੜਕਾ ਵੀ ਲਾ ਦਿੱਤਾ ਹੈ, ਅਤੇ ਮੈਂ ਹੁਣ ਥੀ ਗਈ ਹਾਂ ਵਿਹਲੀ, ਹੁਣ ਮੈਂ ਕਰੇ ਸਾਂ ਥੋੜ੍ਹੀ ਦੇਰ ਆਰਾਮ, ਫਿਰ ਕਰੇ ਸਾਂ ਬਚਿਆ ਹੋਇਆ ਕੰਮ, ਅਤੇ ਤੁਹਾਕੂ ਮੇਰੀ ਆਜ਼ ਦੀ ਰਾਮ ਰਾਮ। ਬਾਏ ਬਾਏ।